ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ ਟੀਵੀ। ਅਜੇ ਵਿੱਚ ਗਰੀਬੀ ਦਾ ਵਾ ਜੋ ਮਾਤਾ ਪਿਤਾ ਕਰ ਸਕਦੇ ਨੇ ਕੀਤਾ ਗਿਆ, ਇਹਦੇ ਵਿੱਚ ਕੋਈ ਨਾਂ ਲੈਣ ਦੀ ਲੋੜ ਨਹੀਂ। ਅੱਛਾ, ਜੋ ਅਸੀਂ ਧੀਆਂ ਨੂੰ ਅਸ਼ੀਰਵਾਦ ਦੇਖਦੇ ਹਾਂ ਉਹ ਸਾਡੇ ਨੂੰ ਕੀਤਾ ਗਿਆ। ਅਸੀਂ ਜੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਬੇਨਤੀ ਕਰਾਂਗੇ ਵੀ ਕੋਈ ਵੀ ਧੀ ਲੋੜਵੰਦ ਹੋਵੇ ਤੇ ਸਾਡੇ ਕੋਲ ਜ਼ਰੂਰ ਭੇਜੋ, ਸਾਡਾ ਕੋਈ ਵੀ ਇੱਕ ਰੁਪਇਆ ਵੀ ਖਰਚਾ ਨਹੀਂ। ਹੁਣ ਇੱਕ ਨੀਵੀਂ ਗੱਲ ਕਹੀ ਹੈ, ਜੇ 51,000 ਰੁਪਇਆ ਸਰਕਾਰ ਵੱਲੋਂ ਮਿਲੇਗਾ ਉਹ ਲੜਕੀਆਂ ਨੂੰ ਮਿਲੇਗਾ? ਲੜਕੀ ਵਾਲਿਆਂ ਨੂੰ ਦਵਾਉਂਦੇ ਹਾਂ ਜੀ ਅਸੀਂ। ਅੱਛਾ, ਸੋਸਾਇਟੀ ਉਹਦੇ 'ਚ ਕੋਈ ਹਿੱਸੇਦਾਰ ਨਹੀਂ। ਅੱਛਾ, ਉਹ ਪੈਸੇ ਇਹਨਾਂ ਨੇ ਐਪਲੀਕੇਸ਼ਨ ਦੇਣੀ ਹੈ, ਉਹ ਪੈਸੇ ਸਰਕਾਰ ਇਹਨਾਂ ਨੂੰ ਲੜਕੀ ਦੇ ਕੰਮ ਅਕਾਊਂਟ 'ਚ ਭੇਜੇਗੀ। ਜਿਵੇਂ ਅਗਲੇ ਸਾਲ ਤੁਸੀਂ ਵਿਆਹ ਕਰਨੇ ਆ ਤੇ ਕਿੰਨੀ ਜਿਹੜੀਆਂ ਹੈਗੀਆਂ ਲੜਕੀਆਂ ਦਾ ਇੰਤਜ਼ਾਮ ਕੀਤਾ ਜਾਂ ਆਪ ਕਰਦੇ ਜਾਂ ਜੇ ਰਿਸ਼ਤਾ ਹੋਵੇ? ਅਸੀਂ ਤੇ ਇੱਕ ਤੋਂ ਲੈ ਕੇ 50 ਤੱਕ ਜ਼ਿੰਮੇਵਾਰ ਆ। ਅੱਛਾ, 51 ਵੀ ਆ ਜਾਣਗੀਆਂ ਅਸੀਂ ਤਾਂ ਵੀ ਵਿਆਹ ਦੇਣੀ ਆ। ਅੱਛਾ, ਲੇਕਿਨ ਥੋੜਾ ਇਹਦੇ ਕਰਕੇ ਕਰੋਨਾ ਕਰਕੇ ਅੱਜ ਕੀ ਕੇਸ ਸਾਡੇ ਕੋਲ ਥੋੜੇ ਘੱਟ ਆਏ, ਅਸੀਂ ਇਸ ਕਰਕੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਹਿੰਦੁਸਤਾਨ ਨਿਵਾਸੀਆਂ ਨੂੰ ਆਸ ਰੱਖਦੇ ਹਾਂ ਵੀ ਅਗਲੇ ਸਾਲ ਸਾਡੇ ਕੋਲ 51 ਬੱਚੀਆਂ ਦੇ ਵਿਆਹ ਹੋਣਗੇ। ਮਗਰ ਦਾਜ ਸਭ ਨੂੰ ਦਿੱਤਾ ਜਾਂਦਾ? ਦਾਜ ਹਰ ਨੂੰ ਦਿੱਤਾ ਜਾਏਗਾ, ਚਾਹੇ ਵਿਆਹ 51 ਹੋਣ ਤੇ ਚਾਹੇ ਵਿਆਹ 5 ਹੋਣ। ਮਗਰ ਜਿਵੇਂ ਘਰ 'ਚ ਸਾਲ ਬਾਅਦ ਬੱਚਾ ਹੁੰਦਾ ਉਹਨੂੰ ਵੀ ਸਨਮਾਨ ਦਿੱਤਾ ਜਾਂਦਾ? ਜਿਹੜੀ ਧੀ ਮੇਰੀ ਅੱਗੇ ਮਾਂ ਬਣਦੀ ਹੈ ਉਹਨਾਂ ਨੂੰ ਵੀ ਅਸ਼ੀਰਵਾਦ ਦੀ ਤੌਰ 'ਤੇ ਬੱਚੇ ਦੇ ਕੱਪੜੇ ਤੇ ਖਿਡੌਣੇ ਤੇ ਦੋਵਾਂ ਜੀਆਂ ਦੇ ਕੱਪੜੇ ਤੇ ਸਜਾ। ਕਿੰਨਿਆਂ ਨੂੰ ਬੱਚਿਆਂ ਦੇ ਚੁੱਕੇ ਹੋਏ ਜਿਹੜੇ ਬੱਚਿਆਂ ਨੂੰ ਵਿਆਹ ਪਾ ਕੇ 2098 ਵਿਆਹ? ਬਾਬਾ ਜੀ ਦੀ ਕਿਰਪਾ ਨਾਲ ਅਗਲੇ ਸਾਲ ਸਾਡਾ 2100 ਵਿਆਹ ਪੂਰਾ ਹੋ ਜਾਏਗਾ ਤੇ ਫਿਰ ਅਸੀਂ ਸਾਰੀਆਂ ਧੀਆਂ ਪਿਛਲੀਆਂ ਨੂੰ ਬੁਲਾਵਾਂਗੇ। ਠੀਕ ਹੈ ਜੀ, ਕਰ ਲਈ ਮੋਦੋ ਆਓ ਜੀ, ਚੁੱਕੋ ਪੁੱਤਰ ਤੁਸੀਂ ਚੁੱਕੋ। ਇੱਧਰ ਆਏ ਹਾਂ, ਗਰੀਬ ਪਰਿਵਾਰ ਵਿਆਹ ਕਰਾਉਂਦੇ ਨੇ। ਅੱਛਾ, ਠੀਕ ਹੈ, ਕਿੱਥੋਂ ਆਏ ਕਿੱਥੋਂ? ਕਾਕੇ ਠੀਕ ਹੈ ਜੀ। ਓ ਯਾਰ ਤੇ ਛੱਡ, ਇੱਧਰ ਆਏ, ਆ ਦੂਜਾ ਛੱਡ ਲਾਓ, ਚੁੱਕ ਲਓ ਪੁੱਤਰ ਸਿਕੰਡ ਆ ਚੁੱਕ। ਓ ਯਾਰ ਜਿਵੇਂ ਅੱਜ ਦਾਜ ਮਿਲਦਾ ਪਿਆ, ਜਿਵੇਂ ਕੁੜੀਆਂ ਦਾ ਵਿਆਹ ਕਰਦੇ ਨੇ, ਯੂਨੀਵਰਸਲਾਈਜ਼ ਕਰਦੇ ਨੇ, ਮਗਰ ਅੱਜ ਦਾ ਦਿਨ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਦਿਨ ਲੋਕਾਂ ਨੂੰ ਜਾਂ ਜਿਹਨਾਂ ਵਿਆਹ ਕਰਾਉਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਨਵੇਂ ਸਾਲ ਬਾਰੇ ਵੀ ਦਾਈ ਦੇ ਦਿਓ ਲੋਕਾਂ ਨੂੰ, ਜਿਵੇਂ ਤੁਹਾਨੂੰ ਇੱਕ ਸਕੀਮ ਦਿਖਾਈ ਹੈ 51,000 ਦੀ ਸਰਕਾਰ ਵੱਲੋਂ ਮਿਲਦੀ ਹੈ, ਜੇ ਗਰੀਬ ਲੜਕੀਆਂ ਜੇ ਵਿਆਹ ਕਰਦੇ ਨੇ 51,000 ਰੁਪਇਆ ਤੁਹਾਨੂੰ 3 ਮਹੀਨੇ ਬਾਅਦ ਮਿਲਣਾ, ਤੁਹਾਨੂੰ ਕੀ ਹੋਏ ਲੱਗਦਾ ਪਿਆ? ਨਿਰਮਲ ਸਟੱਡੀ ਕਰਾ ਕੇ ਦੇਣ ਦੀ ਤੁਹਾਨੂੰ ਜਾਣਾ ਨਾ ਪਵੇ, ਬੋਲੋ ਕਿ ਬਹੁਤ ਵਧੀਆ ਕਰਦੇ ਆ, ਬਹੁਤ ਵਧੀਆ ਕਰਦੇ ਪਏ ਬੋਲ ਇਹ ਕੁੜੀਆਂ ਨੂੰ ਸੇਵਾ ਕਰਦੇ ਪਏ, ਮੈਂ ਇਹਨਾਂ ਦਾ ਧੰਨਵਾਦ ਕਰਦੀ ਬਸ। ਠੀਕ ਹੈ, ਹਾਂਜੀ ਭਾਅ ਜੀ, ਤੁਹਾਡਾ ਨਾਂ ਕੀ ਹੈ? ਰੇਸ਼ਮ ਜੀ, ਜੇ ਕੁੜੀਆਂ ਨੇ ਵਿਆਹ ਕਰਾਉਂਦੇ ਅੱਜ ਤੁਹਾਨੂੰ ਦੱਸ ਦੇ ਰਹੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, 31 ਮਾਰਚ ਹੈਗੀ ਆ, ਜਿਵੇਂ ਪਹਿਲੀ ਚੜਿਆ ਨਵਾਂ ਸਾਲ ਚੜਿਆ, ਤੁਹਾਨੂੰ ਕਿਹੋ ਲੱਗਦਾ ਪਿਆ? ਜਿਵੇਂ ਅੱਜ ਦੇਖੋ ਨਵਾਂ ਸਾਲ ਚੜਦਾ, ਲੋਕਾਂ ਨੂੰ ਚੀਜ਼ ਮਿਲਦੀ ਹੈ ਕਿ ਹਰ ਸਾਲ ਸਾਨੂੰ ਖੁਸ਼ੀ ਮਿਲੇ, ਮਗਰ ਜਿਹਨਾਂ ਵਿਆਹ ਕਰਾਉਂਦੇ ਭੋਲਾ ਜੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਇਹਨਾਂ ਦੀ ਸੰਸਥਾ ਬਾਰੇ ਕੁਝ ਕਹਿਣਾ ਚਾਹੁੰਦੇ? ਨਿਰਮਲ ਸਟੱਡੀ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਮਗਰ ਇੱਕ ਇਹਨਾਂ ਨੇ ਕਿਹਾ ਕਿ 51,000 ਰੁਪਇਆ ਜਿਹੜਾ ਸਰਕਾਰ ਵੱਲੋਂ ਮਿਲ ਗਿਆ ਪਰ ਲੜਕੀ ਨੂੰ ਮਿਲੇਗਾ, ਉਹ 'ਚ ਕੁਛ ਨਹੀਂ ਹੁੰਦਾ ਸਾਡਾ, ਪਰ ਲੜਕੀ ਦਾ ਹੁੰਦਾ 51,000, ਉਹ 'ਤੇ ਫਾਰਮ ਭਰੇ ਆ ਆਪਣੇ? ਅੱਛਾ, ਮਗਰ ਜੇ 51,000 ਮਿਲਦਾ ਉਹ ਲੜਕੀ ਦਾ ਹੁੰਦਾ, ਠੀਕ ਹੈ। ਮਗਰ ਮੈਡਮ ਤੁਹਾਡਾ ਨਾਂ ਕੀ? ਉਹਦੀ ਅੱਜ ਦੇਖੋ ਤੁਹਾਨੂੰ ਦਾਜ ਮਿਲ ਰਿਹਾ ਭੋਲੇ ਵੱਲੋਂ ਵਿਆਹ ਕਰਾਇਆ ਗਿਆ, ਨਿਰਮਲ ਸਟੱਡੀ ਵੱਲੋਂ ਹਰ ਸਾਲ ਕਰਾਉਂਦੇ ਆ, ਮਗਰ ਇੱਥੇ ਤੁਹਾਨੂੰ ਕੀ ਹੋਏ ਲੱਗਾ? ਮਗਰ ਅੱਜ ਦਾ ਦਿਨ ਲੋਕਾਂ ਨੂੰ ਕੀ ਮੈਸੇਜ ਦਿਓਗੇ? ਅੱਜ ਦਾ ਦਿਨ ਲੋਕਾਂ ਨੂੰ ਕੀ ਮੈਸੇਜ ਦਿਓਗੇ? ਅੱਜ ਦਾ ਦਿਨ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? 25 ਸਾਲ ਹੋ ਗਿਆ ਗਰੀਬਾਂ ਦੀ ਮਦਦ ਕਰਦਿਆਂ, ਵਿਆਹ ਕਰਦਿਆਂ ਨੂੰ ਤੁਸੀਂ ਖੁਦ ਵੇਚ ਦੇਵੇ ਹੋ, ਠੀਕ ਹੈ ਜੀ, ਓਕੇ, ਥੈਂਕ ਯੂ। ਉੱਠੀ ਜਾ
खुद वे रहे हो गुरबख्श नगर एकता पार्क को भोला जी जे कुंजा कुड़ियां विह करते हैं हर साल करते हैं नाल दाज भी देंगे ने मगर अज नवा साल है अज दाज दिता गया तो खुद वेखते पे हो देखो जी बैड दिते गए बैड दिते गए 21 सूट दिते इधर देखो भाई हाँ जी भाई ताला नाम की है अजय सिंह अजय सिंह जी निर्मल सोसायटी वालों कुड़ियों के विह कराने अब दाज दे रहे कि लगता है अब नवा साल है जिमें बारे की कहना चाहते हो जिमें बहुत बहुत धन्यवाद अंश होना जी का जेडे इन्ना व्डा कदम चुकते पे ने कुड़ियों के विह करते पे ने मगर तुम पता है हर साल देखो विह कराते गरीब लड़किया ने विह कराते दाज देंगे ने मगर एक स्कीम होर आई है 51,000 रुपया जिहड़ा सरकार वालों कुड़ियों को मिलता पाया इहदे बारे इन्हां फार्म भरते पे आ बहुत वधिया काम करते पे इन्हां दे भोले दे बारे की कहना चाहते हो जे कुड़ियों ने विह कराउंदे ने निर्मल सोसायटी वालों की कहना चाहते हो निर्मल सोसायटी वालों अपन नूं ते इह वी वध चढ़ के कुड़ियों के विह करते पे अंकल जी बहुत बहुत धन्यवाद अंकल जी का ਤੇ ਨਾਲ ਹੀ ਆਪਣਾ ਸ਼ਗਨ ਸਕੀਮ ਵੀ ਦਿੱਤੀ ਜਾਂਦੀ ਪਈ ਹੈ ਹਾਂਜੀ ਉਹ 'ਚ ਤੁਹਾਨੂੰ ਫਾਇਦਾ ਹੋਏਗਾ 51,000 ਰੁਪਏ ਜਿਹੜਾ ਹੈਗਾ ਉਹ ਤੁਹਾਡੇ ਕੰਮ ਆਏਗਾ ਮਗਰ ਕਈ ਜੋ ਹੁੰਦੇ ਕਿ ਸਿਰਫ ਵਿਆਹ ਕਰਦੇ ਦਾਜ ਨਹੀਂ ਦਿੰਦੇ ਇਹ ਦਾਜ ਵਿੱਚ ਹਰ ਕੁਛ ਦੇ ਰਹੇ ਆ ਮਗਰ ਇੱਕ ਗੱਲ ਹੈਗੀ ਹੈ ਕੱਲ੍ਹ ਨੂੰ ਤੁਹਾਡੇ ਘਰ ਕੋਈ ਬੱਚਾ ਹੁੰਦਾ ਤਦ ਵੀ ਉਹਨੂੰ ਵੀ ਪੰਘੂੜਾ ਕੱਪੜੇ ਹਰ ਚੀਜ਼ ਦਿੰਦੇ ਆ ਨਿਰਮਲ ਸੋਸਾਇਟੀ ਵਿੱਚ ਭੋਲਾ ਜੀ ਦੇਖੋ ਸੇਵਾ ਕਰਦੇ ਪਏ ਨੇ ਇਹਨਾਂ ਨੂੰ ਘੱਟੋ ਘੱਟ 25-30 ਸਾਲ ਹੋ ਗਏ ਆ ਕਰਦੇ ਪਏ ਮਦਦ ਕਰਦੇ ਪਏ ਨੇ ਮਗਰ ਅੱਜ ਦੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣ ਜਾਓਗੇ ਆਪਾਂ ਤਾਂ ਮੈਸੇਜ ਇਹ ਦੇਵਾਂਗੇ ਵੀ ਉਹ ਲੰਕ ਜੀ ਉਹਨਾਂ ਕੋਲ ਚਲ ਜਾਓ ਤੇ ਫਾਰਮ ਭਰੋ ਕੁੜੀਆਂ ਦੇ ਵਿਆਹ ਦੇ ਤੇ ਵਾ ਚੜ ਕੇ ਸਭਾ ਕੁੜੀਆਂ ਦੇ ਮੰਦ ਲੋਕ ਨੇ ਨਹੀਂ ਜਾਂਦੇ ਜਿਹੜੇ ਲੋਕ ਵਿਆਹ ਨਹੀਂ ਕਰਾ ਸਕਦੇ ਉਹ ਇੱਥੇ ਆ ਕੇ ਗਰੀਬ ਲੋਕਾਂ ਨੇ ਜਿਹਨਾਂ ਕੋਲ ਕੁਝ ਹੁੰਦਾ ਹਾਂਜੀ ਹੁਣ ਇੱਧਰ ਕਰੋ ਜੀ ਆਓ ਜੀ ਉਹ ਜੇ ਬਾਈਕ ਹਾਂਜੀ ਇੱਕ ਮਿੰਟ ਹਾਂਜੀ ਭਾਈ ਤੁਹਾਡਾ ਨਾਮ ਲਾਮ ਤੁਹਾਡਾ ਨਾਮ ਕੀ ਜੀ ਨੀਤੀ ਜੀ ਦੇਖੋ ਜਿਵੇਂ ਲੜਕੇ ਦੇ ਵਿਆਹ ਹੁੰਦੇ ਆ ਕਰਦੇ ਆ ਦਾਜ ਵੀ ਦਿੰਦੇ ਆ ਨਿਰਮਲ ਸੋਸਾਇਟੀ ਵੱਲੋਂ ਹਰ ਸਹੂਲਤ ਦਿੱਤੀ ਜਾਂਦੀ ਹੈ ਮਗਰ ਐਤਕੀ ਇਹਨਾਂ ਸਕੀਮ ਵੀ ਕੱਢੀ ਗਈ 51,000 ਰੁਪਏ ਲੜਕੇ ਦੀ ਇਹਦੇ ਬਾਰੇ ਕੀ ਕਹਿੰਦੇ ਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿੰਦਾ ਜੀ ਜਿਵੇਂ ਕਈ ਜ਼ਰੂਰਤਮੰਦ ਗਰੀਬ ਘਰ ਦੇ ਵਿਆਹ ਹੁੰਦੇ ਆ ਅਤੇ ਜੇ ਲੜਕੇ ਦੇ ਗਰੀਬ ਘਰ ਦੇ ਵਿਆਹ ਤਾਂ ਕੁਛ ਐਡੇ ਖਾਸ ਵੀ ਲੜਕੇ ਵੀ ਐਡੇ ਵੱਡੇ ਘਰ ਦੇ ਨਹੀਂ ਹੁੰਦੇ ਅਤੇ ਉਹੀ ਪੈਸੇ ਜਿਹੜੇ ਮਿਲਦੇ ਆ ਉਹ ਗਾਂ ਦੋਵਾਂ ਨੂੰ ਇਕੱਲੇ ਲੜਕੀ ਨੂੰ ਨਹੀਂ ਲੜਕੇ ਲੜਕੇ ਵਾਲਿਆਂ ਨੂੰ ਵੀ ਲੜਕੀ ਨੂੰ ਵੀ ਦੋਨਾਂ ਨੂੰ ਕਿਉਂਕਿ ਜ਼ਰੂਰਤ ਪੈ ਸਕਦੀ ਹੈ ਜ਼ਰੂਰਤ ਵਧੇ ਕਿਉਂਕਿ ਕੋਈ ਵੀ ਜ਼ਰੂਰਤ ਹੈਗੀ ਉਹਨਾਂ ਨੂੰ ਉਹ ਮੁਲਕ ਚੰਗਾ ਲੱਗੂ ਅਤੇ ਗਾਂ ਆਉਣ ਵਾਲੇ ਸਮੇਂ 'ਚ ਜਿਵੇਂ ਤੁਸੀਂ ਦੱਸ ਰਹੇ ਜੇ ਕਿ ਬੱਚਾ ਹੋਣ ਤੋਂ ਬਾਅਦ ਵੀ ਇਹ ਕਿ ਉਹਨਾਂ ਦੀ ਹੈਲਪ ਕਰਦੇ ਨੇ ਅਤੇ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਰੱਬ ਦੀ ਇਹਨਾਂ ਦੀ ਹਮੇਸ਼ਾ ਇਹਨਾਂ ਦੇ ਉੱਪਰ ਹੱਥ ਰੱਖੇ ਇੱਦਾਂ ਰਹੇ ਅਤੇ ਮੈਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕੋਈ ਵੀ ਗਰੀਬ ਘਰ ਦੀ ਲੜਕੀ ਹੈ ਜਿਹੜੇ ਮਜਬੂਰ ਹੈ ਜਿਹੜੇ ਵਿਆਹ ਨਹੀਂ ਕਰ ਸਕਦੇ ਉਹ ਇਹਨਾਂ ਕੋਲ ਆਉਣ ਹਰ ਸਾਲ ਮਗਰ ਜਿਵੇਂ ਇੱਕ ਨਿੱਕੀ ਗੱਲ ਕਰਨਾ ਜਿਵੇਂ ਲੋਕਡਾਊਨ ਆਏ ਲੋਕਡਾਊਨ 'ਚ ਵੀ ਇਹਨਾਂ ਨੇ ਬੜਾ ਰਾਸ਼ਨ ਪਾਣੀ ਲੋਕਾਂ ਨੇ ਗਰੀਬਾਂ ਦੀ ਮਦਦ ਕੀਤੀ ਹੈ ਹੁਣ ਵੀ ਕਰਦੇ ਹੋਏ ਹੁਣ ਜਿਵੇਂ ਨਵਾਂ ਸਾਲ ਆਇਆ ਅੱਜ ਨਵਾਂ ਸਾਲ ਹੈ ਨਵੇਂ ਸਾਲ 'ਤੇ ਖੁਸ਼ੀਆਂ ਆਉਣੀਆਂ ਤੁਹਾਨੂੰ ਵੀ ਖੁਸ਼ੀਆਂ ਮਿਲਣ ਮਗਰ ਤੁਸੀਂ ਨਵੇਂ ਸਾਲ ਦੇ ਬਾਰੇ ਤੁਸੀਂ ਕਹਿ ਰਹੇ ਹੋ ਨਾ ਮਗਰ ਕੱਲ੍ਹ ਨੂੰ ਕੁਛ ਵੀ ਹੁੰਦਾ ਕਿ ਇਹ ਭੋਲੇ ਦੀ ਗੱਲ ਯਾਦ ਰੱਖਦੇ ਸਮਾਨ ਹਰ ਚੀਜ਼ ਮਿਲਦੀ ਹੈ ਦਾਜ ਵੀ ਮਿਲਦਾ ਹਰ ਕੋਈ ਮਿਲਦਾ ਗਰੀਬਾਂ ਦੀ ਉਂਝ ਵੀ ਮਦਦ ਕਰਦੇ ਆ ਅਤੇ ਇਹਨਾਂ ਭੋਲੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਜੀ ਗਰੀਬਾਂ ਦੀ ਮਦਦ ਕਰਦੇ ਆ ਜਿਵੇਂ ਲੋਕਡਾਊਨ ਤੁਸੀਂ ਕਹਿ ਰਹੇ ਜੀ ਲੋਕਡਾਊਨ ਨੇ ਮਦਦ ਕੀਤੀ ਸਾਨੂੰ ਪਤਾ ਵਾ ਅਸੀਂ ਵੀ ਮਤਲਬ ਕਿ ਅਸੀਂ ਬਹੁਤ ਵੱਡੇ ਵੱਡੇ ਨਹੀਂ ਹੈਗੇ ਮੈਂ ਲੋਕ ਕਰਦਾ ਹਾਂ ਸਾਨੂੰ ਪਤਾ ਕਿੰਨਾ ਮੁਸ਼ਕਲ ਆਇਆ ਸੀ ਅਤੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਲੋਕਡਾਊਨ 'ਚ ਮਦਦ ਕਰਦੇ ਗਰੀਬ ਕਰਦੇ ਉਹ ਵੀ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਮੈਂ ਤਾਂ ਨਵਾਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਹਮੇਸ਼ਾ ਹੀ ਦੁਆ ਕਰਦਾ ਕਿ ਰੱਬ ਨੂੰ ਚੰਗੀ ਸਿਹਤ ਨਵੇਂ ਸਾਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਲੋਕਾਂ ਨੂੰ ਨਵੇਂ ਸਾਲ ਮੈਂ ਤਾਂ ਕਹਿੰਦਾ ਜੀ ਰੱਬ ਬਸ ਸਭ ਨੂੰ ਖੁਸ਼ੀਆਂ ਦੇਵੇ ਇੱਦਾਂ ਕਿ ਜੀ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਗਰੀਬ ਘਰ ਗਰੀਬ ਲੋਕਾਂ ਦੇ ਬੱਚਿਆਂ ਦਾ ਵਿਆਹ ਕਰਦੇ ਰਹਿਣ ਅਤੇ ਨਵਾਂ ਸਾਲ ਸਭ ਨੂੰ ਖੁਸ਼ੀਆਂ ਭਰਾ ਹੋਵੇ ਬਸ ਠੀਕ ਹੈ ਜੀ ਬਹੁਤ